ਅਸਲਾਮ ਵਾਲੇਕਮ ਜੀ। ਇਹ ਸਾਹਮਣੇ ਜਿਹੜਾ ਤੁਹਾਨੂੰ ਦਰਖਤ ਨਜ਼ਰ ਆ ਰਿਹਾ, ਇਹਦੇ ਥੱਲੇ ਜਿਹੜੇ ਬੱਚੇ ਆ ਨਰਸਰੀ ਸਕੂਲ ਦੇ, ਉਹਨਾਂ ਦੀਆਂ ਟੀਚਰਾਂ ਬੈਠੀਆਂ ਹੋਈਆਂ ਨੇ ਅਤੇ ਉਹ ਬੱਚਿਆਂ ਦੀ ਜਿਹੜੀ ਆ ਨਾ ਹਾਜ਼ਰੀ ਜਿਹੜੀ ਆ ਉਹ ਲਿਖਦੀਆਂ ਪਈਆਂ ਨੇ ਕਿ ਕਿਹੜਾ ਕਿਹੜਾ ਬੱਚਾ ਹਾਜ਼ਰ ਹੋਇਆ, ਅਤੇ ਉਹਨਾਂ ਨੂੰ ਕਾਰਡ ਦੇ ਰਹੇ ਆ ਜਿਹਨਾਂ ਦੇ ਉੱਤੇ ਟਾਸਕ ਕਰਨਾ। ਇੱਥੇ ਇੰਟਰੀ ਆ ਅਤੇ ਸਾਡੀ ਇੰਟਰੀ ਹੋ ਗਈ ਹੈ। ਅਸੀਂ ਨਰਸਰੀ ਸਕੂਲ ਜੁਆਇੰਟ ਪੇਰੈਂਟ ਐਸੋਸੀਏਸ਼ਨ ਡੇ ਮਨਾ ਰਹੇ ਹਾਂ ਇੱਥੇ, ਅਤੇ ਅਸੀਂ ਆਏ ਹੋਏ ਹਾਂ, ਤਕਰੀਬਨ ਸਾਰੇ ਬੱਚਿਆਂ ਦੇ ਮਾਂ ਪਿਓ ਆਏ ਹੋਏ ਆ, ਅਤੇ ਇਸ ਗਰਾਊਂਡ ਦੇ ਵਿੱਚ ਜਿਹੜੀ ਕਿ ਖੁਆਇਚੋਂ ਸ਼ਿਨਵਾਨ ਦੇ ਇਲਾਕੇ ਦੇ ਵਿੱਚ ਆ, ਉੱਥੇ ਇਹਨਾਂ ਨੇ ਬੁੱਕ ਕਰਾਈ ਹੋਈ ਆ। ਅਤੇ ਮੌਸਮ ਬਹੁਤ ਪਿਆਰਾ, ਅੱਜ ਬੱਦਲ ਹੋਇਆ, ਉੱਥੇ ਸਮਾਨ ਦੇ ਉੱਤੇ ਬੱਦਲ ਛਾਏ ਹੋਏ ਆ, ਬੜੀ ਸੋਹਣੀ ਹਵਾ ਚੱਲਦੀ ਪਈ ਆ। ਅਤੇ ਇਹ ਸਕੂਲ ਜਿਹੜੇ ਆ ਇਹਦੀਆਂ ਕਾਫੀ ਸਾਰੀਆਂ ਬ੍ਰਾਂਚਾਂ ਨੇ ਹਾਂਗਕਾਂਗ ਦੇ ਵਿੱਚ। ਸਾਰੀਆਂ ਬ੍ਰਾਂਚਾਂ ਦੇ ਵਿੱਚੋਂ ਇਸ ਕਲਾਸ ਦੇ, ਨਰਸਰੀ ਕਲਾਸ ਦੇ ਬੱਚੇ ਆਏ ਹੋਏ ਆ ਪੂਰੇ ਹਾਂਗਕਾਂਗ ਦੇ ਵਿੱਚ। ਹਾਂਗਕਾਂਗ ਦੇ ਸਕੂਲ ਜਿਹੜੇ ਹੁੰਦੇ ਆ ਉਹ ਇੱਕ ਸਕੂਲ ਜੇ ਇੱਕ ਏਰੀਏ 'ਚ ਆ ਤਾਂ ਦੂਸਰੇ ਏਰੀਏ 'ਚ ਵੀ ਉਹੀ ਸਕੂਲ ਹੋਏਗਾ, ਤੀਸਰੇ 'ਚ ਵੀ ਉਹੀ ਹੋਏਗਾ। ਅਗਰ ਤੁਸੀਂ ਮੂਵ ਹੋਣਾ ਚਾਹੁੰਦੇ ਹੋ ਇੱਕ ਇਲਾਕੇ 'ਚ ਦੂਸਰੇ ਇਲਾਕੇ 'ਚ, ਤਾਂ ਤੁਹਾਨੂੰ ਕੋਈ ਬੱਚਿਆਂ ਦੀ ਵਜ੍ਹਾ ਤੋਂ ਪਰੇਸ਼ਾਨੀ ਨਹੀਂ ਹੋਏਗੀ। ਤੁਸੀਂ ਆਪਣੇ ਬੱਚਿਆਂ ਦਾ ਐਡਮਿਸ਼ਨ ਦੂਸਰੇ ਏਰੀਏ ਦੇ ਵਿੱਚ ਉਸੇ ਸਕੂਲ ਦੇ ਉਸੇ ਕਲਾਸ ਦੇ ਵਿੱਚ ਕਰਾ ਸਕਦੇ ਹੋ, ਕਿਉਂਕਿ ਉਹਨਾਂ ਦਾ ਸਾਰਾ ਨਿਜ਼ਾਮ ਸੇਮ ਹੁੰਦਾ, ਸੇਮ ਚੀਜ਼ਾਂ ਪੜ੍ਹਾਉਂਦੇ ਆ ਅਤੇ ਸੇਮ ਹੀ ਉਹਨਾਂ ਦਾ ਲੈਸਨ ਹੁੰਦਾ, ਅਤੇ ਬੱਚੇ ਜਾ ਕੇ ਫਿਰ ਉੱਥੇ ਹੋ ਜਾਂਦੇ ਦਾਖਲ, ਅਤੇ ਕੋਈ ਇਸ਼ੂ ਨਹੀਂ ਬਣਦਾ। ਪਾਕਿਸਤਾਨ ਆ ਨਹੀਂ ਕਿ ਅਸੀਂ ਇੱਕ ਬੱਚੇ ਨੂੰ ਇੱਕ ਸਕੂਲ ਨੂੰ ਉਠਵਾ ਲਿਆ ਅਤੇ ਦੂਸਰੇ ਦੇ ਪਾਇਆ ਅਤੇ ਉੱਥੇ ਜਾ ਕੇ ਉਹਦਾ ਸਾਰਾ ਨਿਜ਼ਾਮ ਧਰਮ ਬਰਮ ਹੋ ਜਾਂਦਾ, ਇੰਝ ਨਹੀਂ। ਅਤੇ ਇਹ ਦੇਖੋ, ਇਹ ਨਾ ਤਾਂ ਮਮੋਲਾ ਅਤੇ ਨਾ ਇਹ ਆ ਕਮਾਦੀ ਕੁੱਕੜ, ਅਤੇ ਬਹੁਤ ਖੂਬਸੂਰਤ ਪਰਿੰਦਾ, ਅਤੇ ਇਕੱਲਾ ਹੀ ਜਿਹੜਾ ਉਹ ਐਡੀ ਵੱਡੀ ਗਰਾਊਂਡ ਦੇ ਵਿੱਚ ਮੌਜ ਮਸਤੀ ਕਰਦਾ ਪਿਆ, ਸਾਰੀ ਦੁਨੀਆ ਨੂੰ ਵੇਖਦੀ ਪਈ ਹੈ ਜ਼ੂਮ ਕਰ ਕਰਕੇ। ਬਹੁਤ ਜ਼ਬਰਦਸਤ ਵਿਊ ਆ ਵੇਖਣ ਵਾਲਾ। ਅਤੇ ਜਿਹੜੇ ਟੀਚਰ ਆ, ਇੰਝ ਹੀ ਬੱਚੇ ਜਿਹੜੇ ਆ ਉਹ ਇੱਕ ਸਕੂਲ 'ਚੋਂ ਅਗਰ ਆਪਣੇ ਯਾਰਾਂ ਦੋਸਤਾਂ ਨੂੰ ਛੱਡ ਕੇ ਦੂਸਰੇ ਸਕੂਲ 'ਚ ਜਾਂਦੇ ਆ, ਅਤੇ ਉਹਨਾਂ ਨੂੰ ਤਕਰੀਬਨ ਮਹੀਨੇ 'ਚ ਜਾਂ ਦੋ ਮਹੀਨਿਆਂ ਦੇ ਬਾਅਦ ਇੱਕ ਵਾਰੀ ਉਹਨਾਂ ਦੀ ਜ਼ਰੂਰ ਮੁਲਾਕਾਤ ਹੁੰਦੀ ਆ ਸਕੂਲ ਥਾਂ ਜਾਂ ਜੀ ਗੈਦਰਿੰਗ ਕਰਕੇ। ਸਾਰੇ ਸਕੂਲਾਂ ਦੀ ਉਹੀ ਕਲਾਸ ਦੇ ਬੱਚੇ ਸਾਰੇ ਆਏ ਹੁੰਦੇ ਆ, ਅਤੇ ਉਹ ਬੱਚੇ ਜਿਹੜੇ ਆ ਉਹ ਫਿਰ ਆਪਣੇ ਯਾਰਾਂ ਦੋਸਤਾਂ ਨੂੰ ਮਿਲ ਲੈਂਦੇ ਆ, ਅਤੇ ਇਹ ਬਹੁਤ ਵਧੀਆ ਨਿਜ਼ਾਮ ਆ। ਬੱਚੇ ਨੂੰ ਇਹ ਵੀ ਫੀਲ ਨਹੀਂ ਹੁੰਦਾ ਕਿ ਮੇਰੇ ਯਾਰ ਦੋਸਤ ਪਿਛਾਂ ਰਹਿ ਗਏ, ਉਹਨਾਂ ਨੂੰ ਗਾਏ ਬਗਾਏ ਉਹ ਮਿਲਦੇ ਰਹਿੰਦੇ ਆ। ਉਹ ਸਕੂਲ ਵਾਲੇ ਉਹਨਾਂ ਨੂੰ ਮੌਕੇ ਫਰਾਹਮ ਕਰਦੇ ਆ, ਜਿਹੜੇ ਉਹਦੇ ਨਰਸਰੀ ਕਲਾਸ ਦੇ ਯਾਰ ਦੋਸਤ ਆ ਉਹ ਉਹਦੀ ਗ੍ਰੈਜੂਏਸ਼ਨ ਤੱਕ ਜਿਹੜੇ ਆ ਉਹ ਨਾਲ ਚੱਲਦੇ ਆ, ਕਿ ਇੱਕ ਦੂਸਰੇ ਨੂੰ ਯਾਦ ਰੱਖਦੇ ਆ। ਸਾਡੇ ਯਾਰ ਨੇ ਕਿ ਅਸੀਂ ਜਦੋਂ ਕੱਚੀ 'ਚ ਪੜ੍ਹਦੇ ਹਾਂ ਉਹ ਯਾਰ ਦੋਸਤ ਪਤਾ ਨਹੀਂ ਕਿੱਥੇ ਗਏ, ਅਤੇ ਅੱਗੇ ਜਾ ਕੇ ਨਵੇਂ ਬਣ ਗਏ, ਉਸ ਤੋਂ ਅੱਗੇ ਨਵੇਂ ਬਣ ਗਏ ਅਤੇ ਪਿਛੜੇ ਭੁੱਲ ਗਏ। ਅਤੇ ਸਾਰੇ ਲੋਕਾਂ ਨੂੰ ਕਹਿ ਦਿੱਤਾ ਗਿਆ ਕਿ ਖੜ੍ਹੇ ਹੋ ਜਾਓ, ਹੁਣ ਸਾਡਾ ਨੈਸ਼ਨਲ ਐਂਥਮ ਜਿਹੜਾ ਉਹ ਚਾਈਨਾ ਦਾ ਉਹ ਹੋਣ ਲੱਗਾ, ਅਤੇ ਉਹ ਸੁਣਨਗੇ ਸਾਰੇ। ਬੜੇ ਅਦਬਣਾ ਬੜੀ ਰਿਸਪੈਕਟ ਦਿੰਦੇ ਆ ਆਪਣੇ ਮੁਲਕ ਨੂੰ ਅਤੇ ਪਿਆਰ ਕਰਦੇ ਆ ਇਸੇ ਆਸੇ, ਅਤੇ
ਆਪਣੇ ਮੁਲਕ ਨੂੰ ਇਹਨਾਂ ਨੇ ਸਜਾ ਕੇ ਰੱਖਿਆ ਹੋਇਆ। ਬਹੁਤ ਸੁਲਝੀ ਹੋਈ ਕੌਮ ਆ। ਹੁਣ ਆਪਾਂ ਥੱਲੇ ਜਾਵਾਂਗੇ, ਥੱਲੇ ਜਾ ਕੇ ਤਾਂ ਆਪਾਂ ਦੇਖਦੇ ਹਾਂ ਸਾਨੂੰ ਕਿਹੜੇ ਕਿਹੜੇ ਟਾਸਕ ਮਿਲਦੇ ਆ। ਉਹਨੇ ਕਿਹਾ ਜੀ ਤੁਹਾਨੂੰ ਕਾਫੀ ਸਾਰੇ ਟਾਸਕ ਦੇਵਾਂਗੇ, ਉਹ ਤੁਸੀਂ ਕਰਨੇ ਆ। ਸਭ ਤੋਂ ਪਹਿਲੇ ਤਾਂ ਸਾਨੂੰ ਕਿਹਾ ਜੀ ਸਾਰੇ ਆਪਣੇ ਬੱਚਿਆਂ ਦੇ ਜਿਹੜੇ ਆ ਨਾ ਨਾਲ ਆ ਕੇ ਖੜ੍ਹੇ ਹੋ ਜਾਓ। ਅਤੇ ਹੁਣ ਸਾਨੂੰ ਬਹਿਣ ਵੱਲੋਂ ਕਹਿ ਦਿੱਤਾ ਗਿਆ, ਸਾਰੇ ਪੇਰੈਂਟਸ ਬਹਿ ਗਏ ਆ ਬੱਚਿਆਂ ਦੇ ਨਾਲ। ਬੱਚੇ ਹੋਣੇ ਪੈਂਦਾ ਕਿਉਂਕਿ ਟਾਈਮ ਬੱਚਿਆਂ ਦਾ, ਅਗਰ ਤੁਸੀਂ ਬੱਚਿਆਂ ਨੂੰ ਟਾਈਮ ਨਹੀਂ ਦਿੱਤਾ ਤਾਂ ਕੱਲ੍ਹ ਨੂੰ ਬੱਚੇ ਤੁਹਾਨੂੰ ਟਾਈਮ ਨਹੀਂ ਦੇਣਗੇ। ਇਹ ਬੱਚੇ ਖੁਸ਼ਕਿਸਮਤ ਆ ਕਿ ਪੇਰੈਂਟ ਇਹਨਾਂ ਨੂੰ ਸਕੂਲੇ ਆ ਕੇ ਟਾਈਮ ਦਿੰਦੇ ਆ। ਸਾਨੂੰ ਯਾਦ ਆ ਕਿ ਸਾਡੇ ਦੌਰ ਦੇ ਵਿੱਚ ਤਾਂ ਸਾਨੂੰ ਦਾਖਲ ਕਰਾ ਆਉਂਦੇ ਹਾਂ, ਅਤੇ ਜਾਂ ਕਿਤੇ ਛੁੱਟੀਆਂ ਛੁੱਟੀਆਂ ਮਾਰੀਆਂ ਹੋਣ ਜਾਂ ਅਸੀਂ ਸਕੂਲੋਂ ਚੋਰੀ ਭੱਜੇ ਹੋਈਏ ਤਾਂ ਫਿਰ ਪੇਰੈਂਟਸ ਜਾਂਦੇ ਹਾਂ, ਮਗਰ ਅਦਰਵਾਈਜ਼ ਟੀਚਰਾਂ ਨੇ ਵੀ ਕਦੇ ਕੋਈ ਇੰਝ ਦਾ ਮੌਕਾ ਨਹੀਂ ਦਿੱਤਾ ਜਿਹਦੇ 'ਚ ਪੇਰੈਂਟਸ ਇਕੱਠੇ ਹੋਣ ਬੱਚਿਆਂ ਦੇ ਨਾਲ। ਲਓ ਜੀ, ਅਬਦੁਰਮਾਨ ਨੂੰ ਟਾਸਕ ਮਿਲੇ ਆ ਜੀ ਆਪਣੇ ਪਾਪਾ ਦੇ ਨਾਲ, ਜਿਹੜਾ ਨਾ ਤੂੰ ਪੈਰਾਂ ਨਾਲ ਪੈਰ ਜੋੜ ਦੇ, ਤੂੰ ਹੱਥਾਂ ਨਾਲ ਹੱਥ ਜੋੜ ਦੇ। ਸਿਰ ਮਿਲਾਉਣੇ ਆ ਆਪਾਂ ਅਤੇ ਸਿਰ ਨਹੀਂ ਸਾਡੇ ਕੋਲ ਮਿਲ ਰਹੇ, ਇੰਝ ਹੀ ਹੱਸਣ। ਅਤੇ ਹੁਣ ਨਾਲ ਨਾਲ ਸਾਨੂੰ ਟੀਚ ਕਰਦੇ ਪਏ ਆ, ਗਾਈਡਲਾਈਨ ਕਰ ਰਹੇ ਦੇ ਰਿਹਾ ਜੀ, ਹੈ ਰੈਬਿਟ ਸਟਾਈਲ ਬਣਾਓ, ਜੰਪ ਕਰੋ ਅਤੇ ਸ਼ੋਲਡਰ ਜਿਹੜੇ ਆ ਉਹ ਮੂਵ ਕਰੋ, ਯਾਨੀ ਕਿ ਵਾਰਮ ਅਪ ਕਰਦੇ ਪਏ ਆ ਸਾਨੂੰ ਇਸ ਟਾਈਮ ਨਾ। ਇਹ ਉੱਤੇ ਟੀਚਰਾਂ ਨੇ ਜਿਹੜੀਆਂ ਕਿ ਸਕੂਲਾਂ ਦੀਆਂ, ਉਹ ਸਾਨੂੰ ਜਿਹੜੇ ਨਾ ਵਾਰਮ ਅਪ ਕਰਦੀਆਂ ਪਈਆਂ ਕਿ ਤੁਸੀਂ, ਤੁਹਾਨੂੰ ਰੈਡੀ ਕਰਦੇ ਪਏ ਹਾਂ ਕਿ ਤੁਸੀਂ ਹੁਣ ਜਿਹੜੇ ਨਾ ਆਪਣੇ ਬੱਚਿਆਂ ਨੂੰ ਲੈ ਕੇ ਜਿਹੜੇ ਅਸੀਂ ਟਾਸਕ ਦੇਣੇ ਆ ਉਹ ਤੁਸੀਂ ਪੂਰੇ ਕਰਨੇ ਆ। ਨਾ ਸਾਨੂੰ ਪੇਪਰ ਦਿੱਤੇ ਆ, ਪੇਪਰ ਦੇ ਉੱਤੇ 9 ਟਾਸਕ ਆਪਾਂ ਉਹ ਸਾਰੇ ਦੇ ਸਾਰੇ ਕਰਕੇ ਅਤੇ ਫਿਰ ਇਹਨਾਂ ਨੇ ਉਹ ਬਾਅਦ ਦੇ ਵਿੱਚ ਫਾਈਨਲ ਜਿਹੜਾ ਨਾ ਸਾਨੂੰ ਉਹ ਜਿਹੜਾ ਟਾਸਕ ਕਰਾਂਗੇ ਉੱਤੇ ਮਾਰਕ ਕਰ ਦੇਣਾ ਡਿਫਰੈਂਟ ਪੈੱਨ ਦੇ ਨਾਲ। ਹਰ ਟਾਸਕ ਵਾਲੇ ਕੋਲ ਡਿਫਰੈਂਟ ਪੈੱਨ ਆ, ਡਿਫਰੈਂਟ ਕਲਰ ਦਾ ਪੈੱਨ ਆ, ਉਹਦੇ ਨਾਲ ਮਾਰਕ ਹੋ ਜਾਣਾ ਅਤੇ ਹੁਣ ਸਾਨੂੰ ਅੱਗੇ ਜਾਣਾ ਅਲਾਓ ਕਰ ਦੇਣਾ। ਇਹ ਜੀ ਰੈਬਿਟ ਸਟਾਈਲ ਬਣਦਾ ਪਿਆ, ਨਾਲ ਜੰਪ ਹੋ ਰਹੇ ਆ ਅਤੇ ਨਿਆਣਿਆਂ ਦੀਆਂ ਮੌਜਾਂ ਲੱਗੀ ਦੀਆਂ। ਨਿਆਣੇ ਬਹੁਤ ਖੁਸ਼ ਆ, ਨਿਆਣੇ ਖੁਸ਼ ਰਹਿੰਦੇ ਆ ਇੰਝ ਦੇ ਕੰਮਾਂ 'ਚ। ਬਚਪਨ ਆ, ਬੇਫਿਕਰੀ ਹੁੰਦੀ ਆ, ਸੋਚਣੀ ਹੁੰਦੀ, ਮੌਜਾਂ ਮੌਜਾਂ। ਦੇਖੋ ਅਬਦੁਰਮਾਨ ਨੇ ਆਪਣੇ ਦੋਸਤ ਨੂੰ ਨਾ ਲੱਭ ਲਿਆ ਅਤੇ ਉਹਦੇ ਨਾਲ ਸ਼ਰਾਰਤਾਂ ਕਰਦਾ ਪਿਆ ਅਤੇ ਫੁੱਲ ਚਾਰਜ ਹੋ ਗਏ ਆ ਬੱਚੇ ਮਾਸ਼ਾਅੱਲਾ। ਸਾਰੇ ਪੇਰੈਂਟਸ ਆਏ ਹੋਏ ਆ, ਬੱਚੇ ਇੱਕ ਦੂਸਰੇ ਨੂੰ ਜਾਣਦੇ ਆ, ਜਿਹੜੇ ਦੂਸਰੇ ਸਕੂਲਾਂ 'ਚ ਟੁਰ ਜਾਂਦੇ ਆ। ਇਹ ਬਕਾਇਦਾ ਉਹਨਾਂ ਲਿਖ ਕੇ ਲਾਇਆ ਹੋਇਆ ਕਿ ਤੁਸੀਂ ਨਾ ਇਹ ਜਿਹੜਾ ਘਾਹ ਵਾਲਾ ਏਰੀਆ 'ਚ ਨਹੀਂ ਵੜਨਾ, ਕਿਉਂਕਿ ਇਹਦੀ ਮੈਂਟੇਨੈਂਸ ਜਿਹੜੀ ਆ ਉਹ ਚੱਲਦੀ ਪਈ ਆ, ਪਾਣੀ ਛਾਣੀ ਲਾਇਦਾ ਅਤੇ ਇਸ ਵਾਸਤੇ ਉਹ ਡੈਮੇਜ ਨਾ ਹੋ ਗਿਆ। ਗਰਾਊਂਡ ਦੇ ਚਾਰੋਂ ਪਾਸੇ ਜਿਹੜਾ ਨਾ ਜਿਹੜਾ ਰਨਿੰਗ ਟਰੈਕ ਆ ਉਹਦੇ ਉੱਤੇ ਟਾਸਕ ਲੱਗੇ ਹੋਏ ਆ, ਜਿੱਥੇ ਜਿੱਥੇ ਰੈੱਡ ਛੱਤਰੀ ਤੁਹਾਨੂੰ ਨਜ਼ਰ ਆ ਰਹੀ ਹੈ ਸਾਰੇ ਟਾਸਕ। ਇੱਕ ਟਾਸਕ ਖਤਮ ਕਰਨ ਤੋਂ ਬਾਅਦ ਦੂਸਰਾ ਟਾਸਕ ਕਰਨਾ, ਦੂਸਰਾ ਖਤਮ ਕਰਨ ਤੋਂ ਬਾਅਦ ਤੀਸਰਾ ਕਰਨਾ, ਇੰਝ ਕਰਕੇ 9 ਟਾਸਕ ਖਤਮ ਹੋਣ ਤੋਂ ਬਾਅਦ ਫਿਰ ਅਸੀਂ ਉਹ ਜਿੱਥੇ ਐਂਟਰੀ ਪੁਆਇੰਟ ਸੀ ਉੱਥੇ ਜਾ ਕੇ ਉਹ ਪੇਪਰ ਵਿਖਾਉਣਾ।